ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਹੜਾ ਵਿਗਲ ਆ ਉਹ ਵੱਧ ਚੁੱਕਾ ਹੈ। 20 ਅਕਤੂਬਰ ਤੱਕ ਦੀਆਂ ਚੋਣਾਂ ਕਰਵਾਉਣ ਦਾ ਜਿਹੜਾ ਐਲਾਨ ਆ ਉਹ ਕੀਤਾ ਗਿਆ। ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋਣਗੀਆਂ ਤੇ ਜਿਹੜੀਆਂ ਚੋਣਾਂ ਨੇ ਉਹ 13 ਤੋਂ 15 ਅਕਤੂਬਰ ਦੇ ਵਿੱਚ ਹੋ ਸਕਦੀਆਂ ਨੇ। ਪੰਚਾਇਤ ਵਿਭਾਗ ਨੇ ਨੋਟੀਫਿਕੇਸ਼ਨ ਕਰਤਾ ਪਰ ਇਹ ਚੋਣਾਂ 2 ਪਰਾਜ ਕਰਾਈ ਜਾਣਗੀਆਂ। ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਬੋਲਦਾ ਪੰਜਾਬ 'ਚ ਤੁਹਾਡਾ ਸਵਾਗਤ ਹੈ। ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਹੜਾ ਵਿਗਲ ਆ ਉਹ ਵੱਧ ਚੁੱਕਾ ਹੈ। ਜੇਕਰ ਪੰਚਾਇਤੀ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਸਰਕਾਰ ਨੂੰ ਜਿਹੜਾ 20 ਤਰੀਕ ਤੱਕ ਯਾਨੀ ਕਿ 20 ਅਕਤੂਬਰ ਤੱਕ ਦੀਆਂ ਚੋਣਾਂ ਕਰਵਾਉਣ ਦਾ ਜਿਹੜਾ ਐਲਾਨ ਆ ਉਹ ਕੀਤਾ ਗਿਆ। ਕਿਹੜਿਆਂ ਕਿਹੜਿਆਂ ਪੜਾਅ ਦੇ ਵਿੱਚ ਚੋਣਾਂ ਹੋਣਗੀਆਂ, ਕਿ ਪੰਜਾਬ ਦੇ ਵਿੱਚ ਕਿੰਨੇ ਪਿੰਡ ਨੇ, ਇਸ 'ਤੇ ਅਸੀਂ ਪੂਰੀ ਜਿਹੜੀ ਜਾਣਕਾਰੀ ਆ ਉਹ ਸਾਂਝੀ ਕਰਾਂਗੇ। ਜਾਣਕਾਰੀ ਸਾਂਝੀ ਕਰਨ ਦੇ ਲਈ ਮੇਰੇ ਸਹਿਯੋਗੀ ਗੁਰਮੁਖ ਸਿੰਘ ਰਪਾਣਾ ਜੀ ਮੌਜੂਦ ਨੇ। ਰਪਾਣਾ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਰਪਾਣਾ ਜੀ, ਕਹਿੰਦੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਕਰਤਾ, ਪੰਜਾਬ ਸਭ ਤੋਂ ਪਹਿਲਾਂ ਦੱਸੋ ਵੀ ਕਿੰਨੇ ਪਿੰਡ ਨੇ ਤੇ ਕਿੰਨੇ ਪੜਾਅ ਦੇ ਵਿੱਚ ਚੋਣਾਂ ਹੋਣਗੀਆਂ ਤੇ ਸਮਾਂ ਕੀ ਨਿਰਧਾਰਿਤ ਕੀਤਾ? ਦੇਖੋ ਅਮਰਜੀਤ, ਗੱਲ ਇਹ ਹੈ ਵੀ ਪੰਚਾਇਤੀ ਚੋਣਾਂ ਡਿਊ ਨੇ, ਆਪਾਂ ਨੂੰ ਪਤਾ ਕਾਫੀ ਦੇਰ ਤੋਂ ਜਿਹੜੇ ਹੈਗੇ ਆ ਇਹ ਚੋਣਾਂ ਜਿਹੜੀਆਂ ਹੋਣੀਆਂ ਤੇ ਇਸ ਸਮੇਂ ਪੰਜਾਬ ਦੇ ਜਿੰਨੀਆਂ ਪੰਚਾਇਤਾਂ ਸਾਰਿਆਂ ਦਾ ਕੰਮ ਪ੍ਰਬੰਧਕ ਚਲਾ ਰਹੇ ਆ। ਪਰ ਵੱਡੀ ਗੱਲ ਇਹ ਹੈ ਵੀ ਕੀ ਇਸ ਵਾਰ ਨੋਟੀਫਿਕੇਸ਼ਨ ਦੇ ਉੱਪਰ ਚੋਣਾਂ ਹੋਣਗੀਆਂ? ਕਿਉਂ? ਕਿਉਂਕਿ ਇਸ ਤੋਂ ਪਹਿਲਾਂ ਵੀ ਇੱਕ ਨੋਟੀਫਿਕੇਸ਼ਨ ਹੋਇਆ ਸੀ, ਤੁਹਾਡੇ ਯਾਦ ਹੋਣਾ, ਪੰਜਾਬ ਸਰਕਾਰ ਨੇ ਉਹ ਨੋਟੀਫਿਕੇਸ਼ਨ ਵਾਪਸ ਲੈ ਲਿਆ ਸੀਗਾ। ਹੁਣ ਇਸ ਵਾਰ ਕੀ ਹੈ, ਅਦਾਲਤ ਨੇ ਵੀ ਡੰਡਾ ਦਿੱਤਾ ਹੋਇਆ, ਠੀਕ ਹੈ। ਅਦਾਲਤ ਨੇ ਵੀ ਕੁਝ ਦੇਰ ਪਹਿਲਾਂ ਕਿਹਾ ਸੀ ਕਿ ਪੰਚਾਇਤੀ ਚੋਣਾਂ ਜਿਹੜੀਆਂ ਨਗਰ ਨੇਵੀਆਂ ਹੋ ਕਿਉਂ ਨਹੀਂ ਰਹੀਆਂ, ਕਾਫੀ ਦੇਰ ਤੋਂ ਡਿਊ ਨੇ, ਚੋਣਾਂ ਦਾ ਕਾਰਨ ਕੀ ਹੈ, ਕਿਉਂ ਨਹੀਂ ਕੀਤੀਆਂ, ਚੋਣਾਂ ਕਦੋਂ ਕਰਾਓਗੇ, ਠੀਕ ਹੈ। ਇਹਦੀ ਵੀ ਮੇਰੇ ਖਿਆਲ ਪੇਸ਼ੀ ਜਲਦਾ, ਇਸ ਕਰਕੇ ਨੋਟੀਫਿਕੇਸ਼ਨ ਜਲਦੀ ਹੋ ਗਿਆ। ਹੁਣ ਜਿਹੜਾ ਕੱਲ੍ਹ ਨੋਟੀਫਿਕੇਸ਼ਨ ਜਾਰੀ ਕੀਤਾ ਉਹਦੇ ਮੁਤਾਬਕ ਕੋਈ ਡੇਟ ਨਿਰਧਾਰਿਤ ਨਹੀਂ ਵੀ ਕਦੋਂ ਹੋਣਗੀਆਂ, ਪਰ ਪੰਚਾਇਤ ਵਿਭਾਗ ਨੇ ਇੱਕ ਗੱਲ ਕਹੀ ਹੈ ਕਿ ਅਸੀਂ 20 ਅਕਤੂਬਰ ਤੋਂ ਪਹਿਲਾਂ ਚੋਣਾਂ ਕਰਾਉਣ ਲਈ ਤਿਆਰ ਆ। ਯਾਨੀ ਕਿ 20 ਅਕਤੂਬਰ ਤੱਕ ਚੋਣਾਂ ਕਰਾਉਣ ਲਈ ਤਿਆਰ ਆ। ਉਹਨਾਂ ਇਹ ਨਹੀਂ ਕਿਹਾ ਵੀ ਤੁਸੀਂ 20 ਤਰੀਕ ਨੂੰ ਕਰਾਓ ਜਾਂ ਤੁਸੀਂ ਕਦੋਂ ਕਰਾਓ, ਕੋਈ ਡੇਟ ਨਿਰਧਾਰਿਤ ਨਹੀਂ ਹੈਗੀ। ਸਿਰਫ ਉਹਨਾਂ ਨੇ ਇੱਕ ਟਰਮ ਦੇਤੀ ਜਾਂ ਉਹਨਾਂ ਨੇ ਇੱਕ ਹੱਦ ਦੇਤੀ ਵੀ ਅਸੀਂ 20 ਅਕਤੂਬਰ ਤੱਕ ਕਦੋਂ ਵੀ ਚੋਣਾਂ ਕਰਾ ਲਓ, ਸਾਡੀ ਤਿਆਰੀ ਹੈ। ਹੁਣ ਕੀ ਹੈ ਕਿ ਹੁਣ ਜਿਹੜਾ ਨੋਟੀਫਿਕੇਸ਼ਨ ਹੈ ਪੰਚਾਇਤ ਵਿਭਾਗ ਭੇਜੇਗਾ ਚੋਣ ਕਮਿਸ਼ਨ ਕੋਲ ਤੇ ਉਸ ਦੇ ਉੱਪਰ ਪੰਜਾਬ ਚੋਣ ਕਮਿਸ਼ਨ ਫੈਸਲਾ ਲੈ ਕੇ ਉਹਦਾ ਇੱਕ ਸ਼ੈਡਿਊਲ ਜਾਰੀ ਕਰੇਗਾ ਕਿ ਪੰਚਾਇਤੀ ਚੋਣਾਂ ਕਿਸ ਤਰੀਕ ਨੂੰ ਹੋਣਗੀਆਂ। ਦੇਖੋ ਇੱਕ ਹੋਰ ਵੀ ਹੈ, ਜਦੋਂ ਵੀ ਕੋਈ ਚੋਣ ਦੀ ਡੇਟ ਰੱਖੀ ਜਾਂਦੀ ਹੈ, ਬਕਾਇਦਾ ਸੰਬੰਧਿਤ ਜਿਹੜੀ ਸਰਕਾਰ ਹੁੰਦੀ ਹੈ ਉਹਦੇ ਨਾਲ ਤਾਲਮੇਲ ਕਰਕੇ ਗੱਲਬਾਤ ਕਰਕੇ ਵੀ ਕਈ ਵਾਰ ਕੋਈ ਤੁਹਾਡਾ ਕੋਈ ਮੇਨ ਕੋਈ ਦਿਨ ਨਹੀਂ ਆ ਰਿਹਾ, ਕੋਈ ਤੁਹਾਡਾ ਕੋਈ ਤਿਉਹਾਰ ਨਹੀਂ ਆ ਰਿਹਾ, ਜਾਂ ਚੋਣਾਂ ਵਾਲੇ ਦਿਨਾਂ ਦੇ ਵਿੱਚ ਕੋਈ ਸਰਕਾਰ ਦਾ ਕੋਈ ਮੰਨ ਲਓ ਕਈ ਵਾਰ ਕੋਈ ਸੈਸ਼ਨ ਆ ਰਿਹਾ ਹੋਵੇ ਜਾਂ ਕੋਈ ਇਹੋ ਜਿਹਾ ਵੱਡਾ ਪ੍ਰੋਗਰਾਮ ਹੋਵੇ ਸਰਕਾਰ ਦਾ, ਠੀਕ ਹੈ। ਇਸ ਕਰਕੇ ਜਿਹੜੀ ਚੋਣਾਂ ਦੀ ਡੇਟ ਉਹ ਪੂਰੀ ਸਲਾਹ ਮਸ਼ਵਰਾ ਕਰਕੇ ਹੀ ਜਿਹੜੀ ਹੈਗੀ ਉਹ ਰੱਖੀ ਜਾਂਦੀ ਹੈ। ਇੱਕ ਗੱਲ ਜ਼ਰੂਰ ਹੈ ਕਿ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋਣਗੀਆਂ ਇਹ ਤੈਅ ਆ ਜੀ, ਤੇ 20 ਅਕਤੂਬਰ ਤੋਂ ਪਹਿਲਾਂ ਉਮੀਦ ਜਾ ਕਿ ਸ਼ਾਇਦ 13 ਜਾਂ 15 ਅਕਤੂਬਰ ਤੱਕ ਇਹਦੇ ਆਸ-ਪਾਸ ਜਾਣੀ ਹੋ ਸਕਦੀਆਂ ਨੇ। ਕਿਉਂ? ਕਿਉਂਕਿ ਗਵਾਂਢੀ ਸੂਬਾ ਹਰਿਆਣਾ ਉੱਥੇ 5 ਅਕਤੂਬਰ ਦੀਆਂ ਚੋਣਾਂ ਨੇ ਤੇ 2 ਦਿਨ ਤੱਕ ਉਹਦਾ ਜਿਹੜਾ ਰਿਜ਼ਲਟ ਆ ਉਹ ਆ ਜਾਏ, ਤਾਂ ਉਸ ਤੋਂ ਪਹਿਲਾਂ ਤਾਂ ਮੈਨੂੰ ਲੱਗਦਾ ਚੋਣਾਂ ਸੰਭਵ ਪੰਜਾਬ 'ਚ ਹੈ ਹੀ ਨਹੀਂ, ਬਿਲਕੁਲ ਸੰਭਵ ਇਹ ਹੈ ਕਿ ਉਸ ਤੋਂ ਬਾਅਦ ਹੋਣਗੀਆਂ ਕਿਉਂਕਿ ਸਾਰਾ ਅਮਲਾ ਉੱਧਰ ਲੱਗਾ ਹੋਊਗਾ ਮੰਤਰੀ ਸੀਗਾ। ਦੇਖੋ ਨਹੀਂ, ਪੰਜਾਬ ਦਾ ਅਮਲਾ ਤਾਂ ਚਲੋ ਹਰਿਆਣੇ ਦਾ ਕੋਈ ਬਹੁਤਾ ਲੈਣ ਦੇਣ ਨਹੀਂ ਹੈ, ਪਰ ਇਹ ਗੱਲ ਹੈਗੀ ਹੈ ਕਿ ਪੰਜਾਬ ਦੀ ਕਿਉਂਕਿ ਸਿਆਸੀ ਪਾਰਟੀਆਂ ਨੇ, ਸਿਆਸੀ ਧਿਰਾਂ ਨੇ, ਉਸ ਤੋਂ ਬਾਅਦ ਆਮ ਲੋਕ ਨੇ, ਪਬਲਿਕ ਸਾਰੇ ਨੇ ਵੋਟ ਮੰਨ ਲਓ ਕਿ ਸਪੋਰਟ ਦੇ ਵਿੱਚ ਜਾਣਾ ਹੁੰਦਾ ਕਈ ਵਾਰ, ਇਸ ਕਰਕੇ ਬਾਕੀ ਜਿਹੜਾ ਚੋਣ ਕਮਿਸ਼ਨ ਹੈ ਚੋਣ ਕਮਿਸ਼ਨ ਵੀ ਰੁੱਝਿਆ ਹੁੰਦਾ, ਤਾਂ ਇਸ ਕਰਕੇ ਇਹ ਹੈ ਕਿ ਜਿਹੜੀਆਂ ਚੋਣਾਂ ਨੇ ਉਹ 13 ਤੋਂ 15 ਅਕਤੂਬਰ ਦੇ ਵਿੱਚ ਹੋ ਸਕਦੀਆਂ ਨੇ ਤੇ 2 ਪੜਾਵਾਂ ਚੋਣਾਂ ਹੋਣਗੀਆਂ ਇਸ ਵਾਰੀ ਜਿਹੜੀਆਂ। ਯਾਨੀ ਕਿ ਜਿਹੜੀ 20 ਤਰੀਕ ਦੱਸੀ ਆ ਵੀ ਇੱਕ ਪੜਾਅ ਦੇ ਵਿੱਚ ਨਹੀਂ ਹੋਣਗੀਆਂ, ਉਹਨਾਂ ਨੇ ਕਿਹਾ 20 ਤਰੀਕ ਤੱਕ ਕਰਾਈਆਂ ਜਾਣ,
ਕਿ ਇਹ ਇੱਕ ਇੱਕ ਸਮਾਂ ਨਹੀਂ ਹੋਊਗਾ ਵੀ ਇੱਕ ਡੇਢ ਨਹੀਂ ਹੋਊਗੀ? ਇੱਕ ਗੱਲ ਹੈਗੀ ਆ ਕਿ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ, ਜਦੋਂ ਆਪਾਂ ਪੰਚਾਇਤੀ ਚੋਣਾਂ ਕਹਿ ਦਿੰਦੇ ਆ, ਉਹਦਾ ਮਤਲਬ ਇਹ ਨਹੀਂ ਹੈਗਾ ਕਿ ਪੰਚ ਤੇ ਸਰਪੰਚ ਨੂੰ ਹੀ ਪੰਚਾਇਤੀ ਚੋਣਾਂ ਕਿਹਾ ਜਾਂਦਾ। ਅੱਛਾ, ਪੰਚਾਇਤੀ ਚੋਣਾਂ ਜ਼ਿਲ੍ਹਾ ਪਰਿਸ਼ਦ, ਪੰਚਾਇਤ ਸਮਿਤੀਆਂ ਤੇ ਪਿੰਡਾਂ ਦੇ ਪੰਚਾਂ ਸਰਪੰਚਾਂ ਦੀਆਂ ਚੋਣਾਂ ਜਿਹੜੀਆਂ ਪੰਚਾਇਤ ਵਿਭਾਗ ਦੇ ਅਧੀਨ ਹੀ ਆਉਂਦੀਆਂ ਨੇ। ਪੰਚਾਇਤ ਵਿਭਾਗ ਨੇ ਨੋਟੀਫਿਕੇਸ਼ਨ ਕਰਤਾ, ਪਰ ਇਹ ਚੋਣਾਂ ਦੋ ਪੜਾਅ 'ਚ ਕਰਾਈ ਜਾਣਗੀਆਂ। ਇੱਕ ਪੜਾਅ ਦੇ ਵਿੱਚ ਹੋਣਗੀਆਂ ਪੰਚਾਂ ਤੇ ਸਰਪੰਚ ਦੀਆਂ ਚੋਣਾਂ, ਤੇ ਸੈਕੰਡਰੀ ਅਗਲੇ ਪੜਾਅ ਦੇ ਵਿੱਚ ਜਿਹੜੀਆਂ ਚੋਣਾਂ ਨੇ ਉਹ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਜਿਹੜੀਆਂ ਕਰਾਈਆਂ ਉਹ ਇਕੱਠੀਆਂ ਹੋਣਗੀਆਂ, ਤੇ ਇਹ ਵੀ ਜਿਹੜੀਆਂ ਸਰਪੰਚ ਤੇ ਪੰਚਾਂ ਦੀਆਂ ਇਕੱਠੀਆਂ ਹੋਣਗੀਆਂ। ਉਸ ਤੋਂ ਬਾਅਦ ਅਖੀਰਲਾ ਜਿਹੜਾ ਪੜਾਅ ਆਏਗਾ, ਮਤਲਬ 20 ਅਕਤੂਬਰ ਤੋਂ ਬਾਅਦ 'ਚ, ਉਹ ਕਦੇ ਵੀ ਡੇਟ ਨਿਰਧਾਰਤ ਕੀਤੀ ਜਾ ਸਕਦੀ ਹੈ। ਫਿਰ ਨਗਰ ਨਿਗਮ, ਨਗਰ ਕੌਂਸਲ, ਨਗਰ ਪੰਚਾਇਤਾਂ ਜਿਹੜੀਆਂ ਉਹ ਬਾਅਦ 'ਚ ਹੋਣਗੀਆਂ, ਪਰ ਇਹ ਜਿਹੜੀਆਂ ਚੋਣਾਂ ਨੇ ਜਿਹੜੀਆਂ ਦੋ ਪੜਾਅ ਦੇ ਵਿੱਚ ਕੀਤੀਆਂ ਜਾਣਗੀਆਂ। ਅੱਛਾ, ਇੱਕ ਕਿਰਪਾਲ ਜੀ ਹੋਰ ਹੈ, ਸਿੱਬਲ ਦੀ ਵੀ ਇਸ ਵਾਰ ਗੱਲ ਕੀਤੀ ਗਈ ਹੈ ਕਿ ਸਿੱਬਲ ਦੇ ਜਿਸ ਤਰ੍ਹਾਂ ਗੱਲ ਕੀਤੀ ਹੁੰਦੀ ਹੈ ਕਿ ਨਾ ਵੱਖ ਵੱਖ ਪਾਰਟੀਆਂ ਜਿਹੜੀਆਂ ਆਪਣੇ ਚਲਾ ਰਹੀਆਂ ਨੇ, ਜਿਵੇਂ ਅਕਾਲੀ ਦਲ, ਆਮ ਆਦਮੀ ਪਾਰਟੀ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਹੈ ਜਾਂ ਹੋਰ ਵੱਖ ਬਹੁਤ ਪਾਰਟੀਆਂ ਨੇ, ਕਿ ਉਹ ਹੁਣ ਸਿੱਬਲ ਤੇ ਚੋਣ ਲੜਨਗੀਆਂ ਜਾਂ ਫਿਰ ਕੋਈ ਆਪਣਾ ਕੋਈ ਅਲੱਗ ਜਿਹੜਾ ਸਿੱਬਲ ਤਿਆਰ ਕੀਤਾ ਹੈ? ਇਸ ਵਾਰ ਕੋਈ ਵੀ ਉਮੀਦਵਾਰ ਆਪਣਾ ਪਾਰਟੀ ਸਿੰਬਲ ਦਾ ਚੋਣ ਨਿਸ਼ਾਨ ਨਹੀਂ ਰੱਖੇਗਾ। ਪੰਜਾਬ ਦੇ ਵਿੱਚ ਕੋਈ ਵੀ ਪਾਰਟੀ ਦਾ ਜਿਹੜਾ ਚੋਣ ਜਿਹੜਾ ਨਿਸ਼ਾਨ ਆ ਉਹਦੇ ਉੱਪਰ ਚੋਣ ਨਹੀਂ ਹੋਏਗੀ, ਉਮੀਦਵਾਰ ਚੋਣ ਨਹੀਂ ਲੜੇਗਾ। ਕਿਉਂ? ਕਿਉਂਕਿ ਪਿਛਲੇ ਦਿਨ ਹੀ ਇੱਕ ਪੰਜਾਬ ਦੇ ਵਿੱਚ ਪੰਚਾਇਤ ਚੋਣਾਂ ਜਿਹੜਾ ਸੋਧ ਜਿਹੜਾ ਬਿੱਲ ਲਿਆਂਦਾ ਗਿਆ ਸੀਗਾ ਉਹ ਪਾਸ ਕਰਤਾ, ਉਹ ਕੈਬਨਿਟ 'ਚ ਵੀ ਪਾਸ ਹੋ ਗਿਆ, ਉਸ ਤੋਂ ਬਾਅਦ ਉਹ ਵਿਧਾਨ ਸਭਾ 'ਚ ਵੀ ਪਾਸ ਹੋ ਗਿਆ ਅਤੇ ਉਹਨੂੰ ਰਾਜਪਾਲ ਨੇ ਵੀ ਮਨਜ਼ੂਰੀ ਦੇ ਦਿੱਤੀ ਹੈ। ਉਹਦੇ ਮੁਤਾਬਕ ਹੁਣ ਤੁਸੀਂ ਜਿਹੜੀ ਵੀ ਚੋਣ ਲੜੋਗੇ ਉਹਦੇ 'ਚ ਕੋਈ ਸਿਆਸੀ ਦਖਲ ਅੰਦਾਜ਼ੀ ਜਿਹੜੀ ਹੈਗੀ ਹੈ ਪਾਰਟੀ ਲੈਵਲ 'ਤੇ ਜਿਹੜੀ ਉਹ ਨਹੀਂ ਹੋਏਗੀ। ਠੀਕ ਹੈ ਕਿ ਪਿੰਡਾਂ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਪਿੰਡਾਂ ਦੇ ਵਿੱਚ ਹੁੰਦਾ ਤਾਂ ਪਾਰਟੀ ਲੈਵਲ 'ਤੇ, ਬਿਲਕੁਲ ਇੱਕ ਜਿਹੜਾ ਸਰਪੰਚ ਹੈ ਉਹ ਅਕਾਲੀ ਦਲ ਖੇਮੇ ਦਾ ਹੋਏਗਾ, ਦੂਜਾ ਕਾਂਗਰਸ ਦਾ ਹੋਏਗਾ, ਤੀਜਾ ਆਮ ਆਦਮੀ ਪਾਰਟੀ ਦਾ ਹੋਏਗਾ। ਮਤਲਬ ਹੁੰਦਾ ਦੇਖੋ, ਵੈਸੇ ਤਾਂ ਮੈਨੂੰ ਲੱਗਦਾ ਪਿੰਡਾਂ 'ਚ ਇੱਦਾਂ ਦਾ ਨਹੀਂ ਹੋਣਾ ਚਾਹੀਦਾ, ਕਿਉਂਕਿ ਪਿੰਡ ਲੈਵਲ ਬੜੇ ਛੋਟੇ ਲੈਵਲ ਦੀ ਜਿਹੜੀ ਪੰਚਾਇਤ ਹੁੰਦੀ ਹੈ, ਤਾਂ ਉਸ ਕਰਕੇ ਪਿੰਡ ਦੇ ਵਿੱਚ ਇੱਕ ਛੋਟਾ ਜਿਹਾ ਦਾਇਰਾ ਹੁੰਦਾ। ਪਿੰਡ ਦਾ ਦਾਇਰਾ ਵੀ ਕਿੰਨਾ ਕੁ ਹੁੰਦਾ? ਤੁਸੀਂ ਹਰ ਰੋਜ਼ ਘਰੋਂ ਨਿਕਲਦੇ ਅਤੇ ਘਰੇ ਵੜਦੇ, ਪਿੰਡੋਂ ਨਿਕਲਦੇ ਪਿੰਡ ਵੜਦੇ, ਤੁਸੀਂ ਇੱਕ ਦੂਜੇ ਨੂੰ ਮਿਲਣਾ, ਇੱਕ ਦੂਜੇ ਦੇ ਮੱਥੇ ਲੱਗਣਾ, ਠੀਕ ਹੈ, ਹਾਏਲੋ ਹਾਏ ਕਰਨਾ ਪਿੰਡਾਂ ਦੇ ਵਿੱਚ। ਮੰਨ ਲਓ ਆਪਾਂ ਜੇ ਸਪੋਜ਼ ਕਰੋ ਗੁਰਦੁਆਰਾ ਸਾਹਿਬ 'ਚ ਕੋਈ ਪ੍ਰੋਗਰਾਮ ਆ, ਉੱਥੇ ਵੀ ਇਕੱਠੇ ਹੋਣਾ, ਸਾਰੇ ਦੁੱਖ ਸੁੱਖ ਹੈ ਸਾਰੇ ਇਕੱਠੇ ਹੋਣਾ, ਸਾਰਿਆਂ ਨੇ ਇੱਕ ਪਿੰਡ 'ਚ ਇਕੱਠੇ ਹੋਣਾ। ਤਾਂ ਇਸ ਕਰਕੇ ਉੱਥੇ ਮੈਨੂੰ ਲੱਗਦਾ ਵੀ ਪੰਚਾਇਤ ਜਿਹੜੀ ਹੈਗੀ ਹੈ ਚੋਣ ਆ ਉਹਨੂੰ ਪਾਰਟੀ ਲੈਵਲ 'ਤੇ ਨਹੀਂ ਲੈਣਾ ਚਾਹੀਦਾ। ਤਾਂ ਫਿਰ ਕੋਈ ਸਿੱਬਲ ਰੱਖਿਆ ਜਾਊਗਾ, ਕੀ ਹੋਊਗਾ ਫਿਰ? ਉਹ ਤਾਂ ਦੇਖੋ ਆਜ਼ਾਦ ਪਾਰਟੀ, ਜਿਵੇਂ ਆਪਾਂ ਹੁਣ ਕਈ ਵਾਰੀ ਜਿਹੜੀ ਹੁਣ ਵਿਧਾਨ ਸਭਾ ਦੀ ਚੋਣ ਹੋ ਰਹੀ ਆ, ਤਾਂ ਉੱਥੇ ਜਿੰਨੇ ਉਮੀਦਵਾਰ ਖੜ੍ਹਦੇ ਆ ਉੱਥੇ ਸਿਰਫ ਪਾਰਟੀ ਸਿੰਬਲ ਹੀ ਅਲਾਟ ਹੁੰਦੇ ਨੇ ਨਾ। ਮੰਨ ਲਓ ਜੇ ਕੋਈ ਕਾਂਗਰਸ ਦਾ, ਕੋਈ ਆਮ ਆਦਮੀ ਪਾਰਟੀ ਕਰ ਲਈ, ਪਰ ਜਿਹੜੇ ਆਜ਼ਾਦ ਖੜਦੇ ਆ ਉਹ ਤਾਂ ਕੋਈ ਵੀ ਚੋਣ ਨਿਸ਼ਾਨ ਲੈ ਸਕਦੇ ਨੇ, ਜਿੰਨੇ ਵੀ ਚੋਣ ਨਿਸ਼ਾਨ ਉਹਦੇ ਏਵੀਐਮ 'ਚ ਹੁੰਦੇ ਨੇ ਉਹ ਚੋਣ ਨਿਸ਼ਾਨ ਉਹਦੇ ਤੇ ਨੇ ਵੀ ਆਹ ਚੋਣ ਨਿਸ਼ਾਨ ਜਿਹੜਾ ਤੁਸੀਂ ਕਿਹੜਾ ਲੈਣਾ। ਤਾਂ ਇਸ ਕਰਕੇ ਚੋਣ ਨਿਸ਼ਾਨ ਤਾਂ ਉੱਥੇ ਹੋਣਗੇ ਆਜ਼ਾਦ ਨੂੰ, ਜਿਹੜਾ ਵੀ ਚੋਣ ਨਿਸ਼ਾਨ ਆ ਤੁਸੀਂ ਉਹ ਲੈ ਸਕੋਗੇ। ਇਸ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਸਾਲ 2018 ਦੇ ਵਿੱਚ ਜਦੋਂ ਪਹਿਲਾਂ ਚੋਣਾਂ ਹੋਈਆਂ ਸੀਗੀਆਂ, ਤਾਂ ਉਦੋਂ 1 ਲੱਖ ਦੇ ਕਰੀਬ ਪੰਜਾਬ ਦੇ ਵਿੱਚ ਜਿਹੜੇ ਪੰਚਾਇਤ ਚੋਣਾਂ ਦੇ ਵਿੱਚ ਜਿਹੜੇ ਵਿਅਕਤੀ ਚੁਣੇ ਗਏ ਸੀ ਜਿਹਨੂੰ ਸਰਪੰਚ ਕਹਿ ਦਿੰਦੇ ਆ, ਪਰ ਇਸ ਵਾਰ ਜਿਹੜੀ ਗਿਣਤੀ ਆ ਉਹ ਥੋੜ੍ਹੀ ਜਿਹੀ ਵਧੀ ਹੈ। ਪਰ ਹਾਂ, ਇੱਕ ਗੱਲ ਜ਼ਰੂਰ ਹੈ ਕਿ ਪਹਿਲਾਂ ਜਦੋਂ 2023 ਤੋਂ ਇਸ ਵਾਰੀ ਪੰਚਾਇਤਾਂ 'ਚ ਵਾਧਾ ਕੋਈ ਨਹੀਂ ਕੀਤਾ ਗਿਆ, ਵੀ ਕੋਈ ਵੀ ਪੰਚਾਇਤ ਨਾ ਵਧਾਈ ਗਈ ਹੈ ਨਾ ਪੰਚਾਇਤ ਘਟਾਈ ਹੈ। ਪਿੱਛੇ ਇੱਕ ਗੱਲ ਜ਼ਰੂਰ ਚੱਲ ਰਹੀ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਕਹਿੰਦੇ ਨਜ਼ਰ ਆ ਰਹੇ ਸੀਗੇ, ਅਤੇ ਇੱਕ ਚਰਚਾ ਵੀ ਚੱਲੀ ਸੀਗੀ ਕਿ ਪੰਜਾਬ ਦੀਆਂ ਜਿੰਨੀਆਂ ਛੋਟੀਆਂ ਪੰਚਾਇਤਾਂ ਉਹ ਸਾਰੀਆਂ ਪੰਚਾਇਤਾਂ ਨੂੰ ਭੰਗ ਕਰਕੇ ਨੇੜਲੇ ਕਿਸੇ ਪਿੰਡ ਦੇ ਨਾਲ ਜੋੜ ਦਿੱਤਾ ਜਾਏਗਾ, ਜਾਂ
ਜੇ ਕੋਈ ਨੇੜੇ ਨੇੜੇ ਛੋਟੀਆਂ ਛੋਟੀਆਂ ਤੋਂ ਪੰਚਾਇਤਾਂ ਨੂੰ ਇਕੱਠਾ ਕਰ ਇਕੱਠਾ ਦਿੱਤਾ ਕਰ ਜਾਏ। ਜਾਣਗੇ, ਠੀਕ ਹੈ, ਨਾਲੇ ਸਮਾਂ ਵੀ ਬਚੂਗਾ, ਨਾਲੇ ਕੰਮ ਵੀ ਵਧੀਆ ਉਹ ਤਰੀਕੇ ਨਾਲ ਹੋ ਸਕਦੇ ਆ, ਠੀਕ ਹੈ। ਹਾਂ ਬਿਲਕੁਲ, ਇਹ ਕੰਮ ਵੀ ਹੋ ਸਕਦੇ ਆ, ਨਾਲੇ ਇੱਕ ਹੋਰ ਹੈ, ਇੰਨੀਆਂ ਪੰਚਾਇਤਾਂ, ਇੰਨੇ ਪਿੰਡ, ਇੰਨੀਆਂ ਪੰਚਾਇਤਾਂ, ਸਰਪੰਚ, ਪੰਚ, ਤਾਂ ਉਹਦਾ ਕੀ ਹੈ ਵੀ ਕਿਉਂ ਨਾ ਉਹਨਾਂ ਨੂੰ ਇੱਕ ਕਰ ਦਿੱਤਾ ਜਾਵੇ। ਪਿੱਛੇ ਕੀ ਹੋਇਆ ਸੀਗਾ, ਜਦੋਂ ਕਾਂਗਰਸ ਸਰਕਾਰ ਸੀ, ਅਕਾਲੀ ਦਲ ਸਰਕਾਰ ਸੀ, ਤਾਂ ਉਦੋਂ ਜਦੋਂ ਪੰਚਾਇਤੀ ਚੋਣਾਂ ਤੋਂ ਪਹਿਲਾਂ ਜਾਂ ਤਾਂ ਪੰਚਾਇਤਾਂ ਘਟਾਈਆਂ ਤਾਂ ਨਹੀਂ, ਵਧਾਈਆਂ ਜਾਂਦੀਆਂ ਸੀ ਹਰ ਸਾਲ। ਮੰਨ ਲਓ ਕੋਈ ਲੀਡਰ ਸੀਗਾ, ਉਹਨੂੰ ਲੱਗਦਾ ਸੀ ਕਿ ਮੈਂ ਪਿੰਡ ਤੋਂ ਥੋੜ੍ਹਾ ਜਿਹਾ ਬਾਹਰ ਰਹਿ ਰਿਹਾ ਜਾਂ ਮੇਰਾ ਘਰ ਪਿੰਡ ਤੋਂ ਬਾਹਰ ਆ, ਤੇ ਉਹਦੇ ਆਸ ਪਾਸ ਲੱਗਦਾ ਸੀਗਾ ਵੀ ਜੇ 10-20 ਘਰ ਹੈਗੇ ਆ ਤੇ ਇੱਕ ਨਿਰਧਾਰਤ ਸੀਗਾ ਵੀ ਇੰਨੀਆਂ ਵੋਟਾਂ ਤੋਂ ਬਾਅਦ ਤੁਸੀਂ ਇੱਕ ਪੰਚਾਇਤ ਬਣਾ ਸਕਦੇ ਹੋ। ਤਾਂ ਉਦੋਂ ਕੀ ਕੀਤਾ ਜਾਂਦਾ ਸੀਗਾ ਵੀ ਜੇ ਕਿਤੇ ਕੋਈ 1/2 ਕਿਲੋਮੀਟਰ ਨਾਲ ਵੀ ਘਰ ਕਿਸੇ ਦਾ ਹੋਰ ਹੈਗਾ, ਜਿਵੇਂ ਆਪਾਂ ਪਿੰਡਾਂ ਡੇਰੇ ਕਹਿ ਦਿੰਦੇ, ਜੇ ਤੁਸੀਂ ਇੱਧਰ ਮਾਲਵਾ ਏਰੀਆ ਚਲੋ ਤਾਂ ਉਹ ਢਾਣੀਆਂ ਕਹਿ ਦਿੰਦੇ ਨੇ, ਉੱਥੇ ਇੱਕ ਸ਼ਬਦ ਵੀ ਹੈਗਾ, ਮਤਲਬ ਆਪਾਂ ਜਿਹੜਾ ਇੱਧਰਲਾ ਆਪਣੀ ਬੈਲਟ ਆ ਉਹ ਆਪਾਂ ਕਹਿ ਦਿੰਦੇ ਹਾਂ ਵੀ ਡੇਰੇ 'ਚ ਕਿੱਥੇ ਰਹਿੰਦੇ ਹੋ, ਉਹ ਕਹਿੰਦਾ ਡੇਰੇ, ਉਹ ਇੱਕ ਸੂਬੇ ਦਾ ਬਣਾਇਆ ਡੇਰੇ ਦਾ ਬਣਾਇਆ ਸ਼ਬਦਾਵਲੀ ਆਪਣੇ ਇੱਧਰ ਲਈ ਹੈ। ਜੇ ਤੁਸੀਂ ਮਾਲਵਾ ਬੈਲਟ ਚਲੇ ਜਾਓਗੇ ਤਾਂ ਉੱਥੇ ਢਾਣੀਆਂ ਵੀ ਕਹਿ ਦਿੰਦੇ ਨੇ, ਕੁਝ ਮਾਲਵਾ ਬੈਲਟ ਦੇ ਵਿੱਚ ਇੱਕ ਕੋਠੇ ਸ਼ਬਦ ਵੀ ਹੈਗਾ ਵੀ ਉਹ ਕਹਿੰਦੇ ਵੀ ਕੋਠੇ ਫਲਾਣਾ ਸਿੰਘ, ਕੋਠੇ ਫਲਾਣਾ ਸਿੰਘ, ਉਹ ਇੱਕ ਡੇਰੇ ਦਾ ਜਿਹੜਾ ਸ਼ਬਦ ਹੈ। ਤਾਂ ਉਦੋਂ ਕੀ ਹੁੰਦਾ ਸੀ ਕਿ ਨੇੜੇ ਨੇੜੇ ਕਿਸੇ ਦੇ ਘਰ ਲਾ ਕੇ ਉਹਨਾਂ ਨੂੰ ਵੋਟ ਪੂਰੀ ਕਰਕੇ ਤਾਂ ਕਿਹੜਾ ਦੇਖਣ ਕੌਣ ਆਉਂਦਾ ਸੀਗਾ, ਤਾਂ ਉਹਨੂੰ ਜਿਹੜੀ ਅਲੱਗ ਇੱਕ ਪੰਚਾਇਤ ਬਣਾ ਦਿੱਤੀ ਜਾਂਦੀ ਸੀ। ਇੱਕ ਇੱਕ ਪਿੰਡ ਦੀਆਂ 2-2, 3-3, 4-4 ਪੰਚਾਇਤਾਂ ਹੀ ਬਣੀਆਂ ਹੋਈਆਂ। ਤਾਂ ਇਸ ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿੱਛੇ ਜਿਹੇ ਗੱਲ ਜ਼ਰੂਰ ਕਹੀ ਸੀ ਕਿ ਆਪਾਂ ਛੋਟੀਆਂ ਪੰਚਾਇਤਾਂ ਨੇ ਜਿਹੜੀਆਂ ਸਾਰੀਆਂ ਨੂੰ ਇੱਕ ਥਾਂ ਇਕੱਠਾ ਕਰ ਦਿੱਤਾ ਜਾਵੇ, ਠੀਕ ਹੈ, ਜਾਂ ਉਹਨੂੰ ਕਿਸੇ ਨਾਲ ਦੇ ਵਿੱਚ ਇਕੱਠਾ ਕੀਤਾ ਜਾਵੇ ਤਾਂ ਉਹਨਾਂ ਨੂੰ ਇੱਕ ਕਰ ਦਿੱਤਾ ਜਾਵੇ, ਤਾਂ ਕਿ ਜਿਹੜਾ ਪੰਜਾਬ ਸਰਕਾਰ, ਜਿਹੜਾ ਸਰਕਾਰ ਦਾ ਖਰਚ ਵੀ ਵੱਧ ਜਾਏਗਾ, ਚੋਣ ਕਮਿਸ਼ਨ ਨੂੰ ਵੀ ਦਿੱਕਤ ਨਹੀਂ ਆਏਗੀ ਤੇ ਆਮ ਲੋਕਾਂ ਨੂੰ ਵੀ ਜਿਹੜੇ ਵਿਕਾਸ ਕਾਰਜ ਕਰਨ ਵਾਲੇ ਆ ਉਹ ਤਰੀਕੇ ਨਾਲ ਹੋ ਸਕਦੇ ਆ, ਉਹ ਵੀ ਸਾਡੇ ਜਿਹੜੇ ਸਮਾਂਬੱਧ ਜਿਹੜੇ ਹੈਗੇ ਤਰੀਕੇ ਨਾਲ ਹੋ ਸਕਣ। ਪਰ ਇਦਾਂ ਕੁਛ ਨਹੀਂ ਹੋਇਆ, ਕੋਈ ਪੰਚਾਇਤ ਨਾ ਘਟਾਈ ਗਈ ਆ, ਨਾ ਪੰਚਾਇਤ ਆ ਜਿਹੜੀ ਉਹ ਵਧਾਈ ਗਈ ਆ, ਤੇ ਇਸ ਕਰਕੇ ਪਹਿਲਾਂ ਜਿੰਨੀਆਂ ਜਿਹੜੀਆਂ ਪੰਚਾਇਤਾਂ ਨੇ ਉਹਨਾਂ ਦੇ ਉੱਪਰ ਹੀ ਚੋਣਾਂ ਜਿਹੜੀਆਂ ਹੋਣੀਆਂ ਨੇ। ਤੇ ਚੋਣਾਂ ਕਦੋਂ ਹੋਣਗੀਆਂ, ਉਮੀਦ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ ਕਿ 13-15 ਦੇ ਵਿੱਚ ਹੋ ਸਕਦੇ ਆ। ਹਾਂ, ਅਗਲੀ ਗੱਲ ਚੋਣ ਜਾਪਦਾ ਵੀ ਚੋਣ ਜਾਪਦਾ ਕਦੋਂ, ਹਾਂ ਇਹ ਬਿਲਕੁਲ ਇਹ ਸਵਾਲ ਸੀ, ਚੋਣ ਜਾਪਦਾ ਕਦੋਂ ਲੱਗੇ ਆ, ਕਿਉਂਕਿ ਆਪਾਂ ਜੇ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਡਿਵੈਲਪਮੈਂਟ ਵੀ ਬੜੀ ਚੱਲ ਰਹੀ ਹੈ, ਆਮ ਆਦਮੀ ਪਾਰਟੀ ਕਹਿ ਰਹੇ ਵੀ ਰੋਡ ਦੇ ਕੰਮ ਬਹੁਤ ਚੱਲ ਰਹੇ ਨੇ, ਕਿ ਹੁਣ ਉਹ ਰੁਕ ਜਾਣਗੇ ਜੇਕਰ ਚੋਣ ਜਾਪਦਾ ਲੱਗਿਆ, ਪਰ ਲੱਗਿਆ ਕਦੋਂ? ਨਹੀਂ, ਪਹਿਲੀ ਗੱਲ ਤਾਂ ਪਹਿਲੇ ਤੁਹਾਡੇ ਸਵਾਲ ਦਾ ਜਵਾਬ ਇਹ ਹੈ ਕਿ ਕਦੇ ਵੀ ਚੋਣ ਜਾਬਤੇ ਵਿੱਚ ਡਿਵੈਲਪਮੈਂਟ ਦੇ ਕੰਮ ਨਹੀਂ ਰੁਕਦੇ ਹੁੰਦੇ। ਅੱਛਾ, ਠੀਕ ਹੈ, ਉਹਦੀ ਇੱਕ ਸ਼ਰਤ ਹੈ ਕਿ ਜਿਹੜਾ ਡਿਵੈਲਪਮੈਂਟ ਦਾ ਕੰਮ ਚੱਲ ਰਿਹਾ ਉਹਦੀ ਟੈਂਡਰ ਪ੍ਰਕਿਰਿਆ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਮੁਕੰਮਲ ਹੋਣੀ ਚਾਹੀਦੀ ਹੈ। ਓਕੇ, ਕੋਈ ਵੀ ਟੈਂਡਰ, ਕੋਈ ਵੀ ਵਿਕਾਸ ਕਾਰਜ ਤੁਸੀਂ ਚੋਣ ਜਾਬਤਾ ਲੱਗਣ ਤੋਂ ਬਾਅਦ ਪ੍ਰਵਾਨਗੀ ਨਹੀਂ ਦੇ ਸਕਦੇ। ਜਾਨਕੀ ਜਿਹੜਾ ਪਹਿਲਾਂ ਜਿਹੜੇ ਟੈਂਡਰ ਹੋਗਾ ਤਾਂ ਕੰਮ ਚੱਲੀ ਜਾਊਗਾ। ਬਿਲਕੁਲ ਬਿਲਕੁਲ, ਜਿਹੜੇ ਟੈਂਡਰ ਪਹਿਲਾਂ ਹੋਗੇ ਜਾਂ ਜਿਹੜੀ ਪ੍ਰਕਿਰਿਆ ਟੈਂਡਰ ਦੀ ਪਹਿਲਾਂ ਪੂਰੀ ਕਰ ਲਈ ਉਹ ਕੰਮ ਚੱਲਦੇ ਰਹਿਣਗੇ, ਤੇ ਜਿਹੜੇ ਬਾਅਦ 'ਚ ਤੁਸੀਂ ਪੂਰੇ ਨਹੀਂ ਕਰ ਸਕਦੇ। ਦੂਜੀ ਗੱਲ ਕਿ ਚੋਣ ਜਾਬਤਾ ਕਦੋਂ ਲੱਗ ਰਿਹਾ, ਅੱਜ ਤਰੀਕ 19 ਹੋ ਗਈ, ਲਗਭਗ 2-3 ਦਿਨ ਦੇ ਵਿੱਚ ਹੋ ਸਕਦਾ, ਮਤਲਬ ਨੈਕਸਟ ਵੀਕ ਆਪਾਂ ਜੇ ਲਾਈਏ ਵੀ ਮੰਗਲਵਾਰ ਬੁੱਧਵਾਰ ਦੇ ਕਰੀਬ ਪੰਜਾਬ ਦੇ ਵਿੱਚ ਚੋਣ ਜਾਬਤਾ ਜਿਹੜਾ ਪੰਚਾਇਤੀ ਚੋਣਾਂ ਨੂੰ ਲੈ ਕੇ ਲੱਗ ਸਕਦਾ। ਤੇ ਜਦੋਂ ਪੰਚਾਇਤ ਦੇ ਵਿੱਚ ਚੋਣਾਂ ਲੱਗ ਗਿਆ, ਚੋਣ ਜਾਬਤਾ ਲੱਗ ਗਿਆ, ਕਿਉਂਕਿ ਵੈਸੇ ਪੰਜਾਬ ਦੀ ਸਰਕਾਰ, ਆਮ ਆਦਮੀ ਪਾਰਟੀ, ਇਹ ਵੀ ਹਰਿਆਣੇ ਚੋਣਾਂ ਲੜ ਰਹੀ ਹੈ, ਸਾਰੇ ਲੀਡਰ ਉੱਥੇ ਵਿਅਸਤ ਹਰਿਆਣੇ ਦੇ ਵਿੱਚ, ਪਰ ਫਿਰ ਵੀ ਜੇਕਰ ਪੰਜਾਬ ਸਰਕਾਰ ਨੇ 20 ਤਰੀਕ ਤੋਂ ਪਹਿਲਾਂ ਚੋਣਾਂ ਕਰਾਉਣੀਆਂ ਨੇ ਤਾਂ ਉਹਨਾਂ ਨੂੰ 23-24-25 ਦੇ ਆਸ ਪਾਸ ਚੋਣ ਜਾਬਤਾ ਲਾਉਣਾ ਪਏਗਾ, ਤਾਂ ਕਿ ਚੋਣ ਜਾਬਤਾ ਜਦੋਂ ਲੱਗ ਗਿਆ ਪੰਜਾਬ ਦਾ ਪੰਚਾਇਤ ਵਿਭਾਗ ਆਪਣੇ ਪੱਧਰ 'ਤੇ ਕੰਮ ਕਰੇਗਾ, ਚੋਣ ਕਮਿਸ਼ਨ ਆਪਣੇ ਪੱਧਰ 'ਤੇ ਕੰਮ ਕਰਦਾ ਰਹੇਗਾ, ਅਤੇ ਜਦੋਂ ਹਰਿਆਣੇ ਦੇ ਵਿੱਚ 3 ਜਾਂ 4 ਤਰੀਕ ਨੂੰ ਜਦੋਂ ਚੋਣ ਪ੍ਰਚਾਰ ਖਤਮ ਹੋ ਗਿਆ, ਸਮੁੱਚੀ ਲੀਡਰਸ਼ਿਪ ਪੰਜਾਬ ਦੇ ਵਿੱਚ ਆ ਕੇ ਆਪਣੀ ਜਿਹੜੀ ਹੈ ਉਹ ਗਤੀਵਿਧੀਆਂ ਜਿਹੜੀਆਂ ਬਿਲਡ ਕੀਤੀਆਂ ਜਾਣਗੀਆਂ। ਬੇਸ਼ੱਕ ਪੰਜਾਬ ਸਰਕਾਰ ਨੇ ਪੰਜਾਬ ਦੇ ਵਿੱਚ ਇੱਕ ਹੋਰ ਐਲਾਨ ਕੀਤਾ ਹੋਇਆ 5 ਲੱਖ ਦਾ, ਜੇਕਰ ਪੰਚਾਇਤ ਸਰਬਸੰਮਤੀ ਨਾਲ ਬਣੇਗੀ ਤਾਂ 5 ਲੱਖ ਰੁਪਇਆ ਉਹਨੂੰ ਦਿੱਤਾ ਜਾਏਗਾ, ਪਰ ਇਹਦਾ ਕੋਈ ਬਹੁਤਾ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ। ਹਰ ਪਿੰਡ ਦੇ ਵਿੱਚ ਮੈਂ ਤਾਂ ਕਾਫੀ ਪਿੰਡਾਂ ਦੇ ਵਿੱਚ ਦੇਖਿਆ, ਮੇਰੀ ਗੱਲ ਵੀ ਹੋਈ ਹੈ, ਧੜੇਬੰਦੀ ਬਹੁਤ ਹੈ,
ਤਾਂ ਮੇਰੀ ਇੱਕ ਦੋ ਪਿੰਡਾਂ ਵਿੱਚ ਗੱਲ, ਕਾਫੀ ਪਿੰਡਾਂ ਦੇ ਵਿੱਚ, ਇੱਕ ਦੋ ਨਹੀਂ ਬਹੁਤ ਹੀ ਜ਼ਿਆਦਾ ਪਿੰਡਾਂ, ਦੋ ਤਿੰਨ ਦਿਨ 'ਚ ਮੈਂ ਗੱਲ ਕੀਤੀ ਹੈ, ਤਾਂ ਹਰ ਪਿੰਡ ਦੇ ਵਿੱਚ ਆਪੋ ਆਪਣੀ ਜ਼ੋਰ ਅਜਮਾਇਸ਼ ਕਰ ਰਹੇ ਆ। ਤਾਂ ਇਹ ਨਹੀਂ ਕੋਈ ਕਹਿ ਰਿਹਾ ਕਿ ਮੈਂ ਕਾਂਗਰਸ ਦਾ ਜਾਂ ਮੈਂ ਅਕਾਲੀ ਦਲ ਦਾ ਜਾਂ, ਧੜੇਵਾਦੀ ਜਿਹੜੀ ਪਿੰਡਾਂ ਦੀ ਹੈਗੀ ਉਹ ਚੱਲ ਰਹੀ ਹੈ ਜਿਉਂ ਦੀ ਤਿਉਂ ਆ। 5 ਲੱਖ ਦਾ ਇਨਾਮ ਦਾ ਅਸਰ ਮੈਨੂੰ ਕੋਈ ਬਹੁਤਾ ਜ਼ਿਆਦਾ ਨਜ਼ਰ ਨਹੀਂ ਆ ਰਿਹਾ। ਬਾਕੀ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੈਗੇ 5 ਲੱਖ ਇਨਾਮ ਨੂੰ ਲੈ ਕੇ ਤਾਂ ਲੋਕ ਸ਼ਾਇਦ ਸਰਬਸੰਮਤੀ ਕਰ ਲੈਣ ਤਾਂ ਚੰਗੀ ਗੱਲ। ਠੀਕ ਹੈ, ਬੜੇ ਬਹੁਤ ਬਹੁਤ ਧੰਨਵਾਦ। ਸੋ ਬਿਲਕੁਲ, ਅਸੀਂ ਵੀ ਚੜ੍ਹਦੀ ਕਲਾ ਟਾਈਮ ਟੀਵੀ ਦੇ ਮਾਧਿਅਮ ਦੇ ਰਾਹੀਂ ਪਿੰਡਾਂ ਦੇ ਲੋਕਾਂ ਨੂੰ ਖਾਸ ਤੌਰ 'ਤੇ ਅਪੀਲ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਸਰਬਸੰਮਤੀ ਦੇ ਨਾਲ ਸਰਪੰਚ ਬਣਾਓ ਤਾਂ ਜੋ ਕਿ ਤੁਹਾਡੇ ਪਿੰਡ ਦਾ ਵਿਕਾਸ ਹੋ ਸਕੇ। ਜੇਕਰ ਸਰਕਾਰ 5 ਲੱਖ ਦੀ ਗ੍ਰਾਂਟ ਦੇ ਰਹੀ ਹੈ, ਤੁਸੀਂ ਉਸ ਗ੍ਰਾਂਟ ਨੂੰ ਜਿਹੜਾ ਲੈ ਕੇ ਪਿੰਡਾਂ ਦੇ ਵਿੱਚ ਸਹੀ ਤਰੀਕੇ ਦੇ ਨਾਲ ਲਗਾ ਸਕੋ ਅਤੇ ਤੁਹਾਡਾ ਭਾਈਚਾਰਾ ਜਿਹੜਾ ਉਹ ਉਸੇ ਤਰ੍ਹਾਂ ਕਾਇਮ ਰਹਿ ਸਕੇ। ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਮੁੱਦੇ ਨੂੰ ਲੈ ਕੇ ਗੱਲਬਾਤ ਕਰਾਂਗੇ। ਮੈਨੂੰ ਤੇ ਮੇਰੇ ਸਹਿਯੋਗੀ ਨੂੰ ਦਿਓ ਇਜਾਜ਼ਤ। ਧੰਨਵਾਦ।